ਮੰਤਰ ਅੰਦਰ ਅੰਦਰ ਕਰੀ ਜਾਓ ਤੇ ਕਥਾ ਸੁਣੀ ਜਾਓ ਕਿਉਂਕਿ ਮੁਖ ਪਵਿੱਤਰ ਕਰਨਾ ਹੋਵੇ ਤਾਂ ਵਾਹਿਗੁਰੂ ਨਾਲ ਹੀ ਹੁੰਦਾ ਬਾਣੀ ਨਾਲ ਹੀ ਹੁੰਦਾ ਬਖਸ਼ਿਸ਼ ਸਤਿਗੁਰੂ ਮਹਾਰਾਜ ਕਰਨਗੇ ਸਿਮਰਨ ਵੀ ਕਰੀ ਜਾ ਦੋ ਦੋ ਲਾਹੇ ਲਓ ਸਤਿਗੁਰੂ ਦੀ ਕਿਰਪਾ ਨਾਲ ਲਾਹਾ ਖਟੋ ਈਹਾ ਘਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਕਹਿੰਦਾ ਕਰੋ ਬੇਨੰਤੀ ਬੇਨਤੀ ਕਰਦੇ। ਮਹਾਰਾਜ ਏਡੇ ਵੱਡੇ ਆ ਕਨੇ ਕਰੋ ਬੇਦੰਤੀ। ਕਿਉਂ ਉਹਨਾਂ ਨੂੰ ਪਤਾ ਏ ਇਹ ਸੰਗਤ ਐ ਨਾ ਸੰਗਤ ਨੂੰ ਬੇਨਤੀ ਕਰਦੇ। ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਈहां ਖਾਟ ਜਲਹੁ ਹਰਲਾਹਾ ਆਗੈ ਬਸੰ ਸੁਹੇਲਾ। ਆਉਦ ਘਟੈ ਦਿਨ ਸੁ ਰਹਿਣਾ ਰੇ। ਮਨ ਗੁਰ ਮਿਲ ਕਾਜ ਸਵਾਰੇ। ਰਾਤ ਦਿਨ ਆਪਣੀ ਉਮਰ ਘਾੜ ਕੇ ਹੁਣ ਕੱਲ ਹੁਣ 8-5 ਹੋ ਚੱਲੇ ਕੱਲ ਨਾਲੋਂ ਹੁਣ ਤੱਕ 24000 ਸਵਾਸ ਲੈ ਚੁੱਕੇ ਆਪਾਂ 24000 ਸਵਾਸ ਦੀ ਕੋਈ ਕੀਮਤ ਨਹੀਂ ਹੈ ਪਰ ਆਪਣਾ ਵੇਸਟ ਕਰ ਲਿਆ ਸਵਾਸ ਐਵੇਂ ਹੀ ਬਸ ਗੱਲਾਂ ਬਾਤਾਂ ਸੌ ਕੇ ਚੱਲ ਤੇ 18 ਬੈਸਤ 12 ਇਸ ਤਰ੍ਹਾਂ ਸਿਆਣਿਆਂ ਨੇ ਅੰਕੜੇ ਕੱਢੇ ਹੋਏ ਨੇ ਜਿੰਨੇ ਚਿਰ ਵਿੱਚ ਬੈਠਿਆਂ 12 ਸਵਾਸ ਨਿਕਲਦੇ ਨੇ ਉਨੇ ਚਿਰ ਚ ਤੁਰਿਆਂ ਹੋਇਆਂ 18 ਨਿਕਲਦੇ ਨੇ ਤੁਰਨ ਵਿੱਚ ਥੋੜੀ એનર્ਜੀ ਜ਼ਿਆਦਾ ਲੱਗਦੀ ਆ ਆਪਣੀ ਸੌਣ ਵੇਲੇ ਕਿੰਨੇ ਨੇ ਉਹਨੇ ਮਿੰਟਾਂ ਵਿੱਚ ਸੌਣ ਵੇਲੇ 30 ਸਵਾਸ ਸੋਵਤ ਚਾਲਾਂ 30 ਮੈਥਨ ਕਰਤੇ 64 ਚਾਲਾਂ ਕਿਉਂ ਨਾ ਭਜਾ ਜਗਦੀਸ਼ ਜਦੋਂ ਵਿਸ਼ਿਆਂ ਵਿਚਾਰਾਂ ਵਿੱਚ ਪ੍ਰਵੇਸ਼ਤ ਹੁੰਦਾ ਜੀਵ ਓਨੇ ਹੀ ਚਿਰ ਵਿੱਚ 64 ਸਵਾਸ ਖਤਮ ਹੁੰਦੇ ਨੇ ਤੇ ਸਵਾਸਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੈ ਸਵਾਸ ਬਾਹਰ ਜਾਂਦਾ ਹੈ ਪਤਾ ਨਹੀਂ ਅੰਦਰ ਆਵੇ ਕਿ ਨਾ ਮਤ ਜਾਪੈ ਸਾਹ ਆਵੇ ਕਿ ਨਾ ਆਵੇ RAM ਸਵਾਸ ਨੂੰ ਬਾਹਰ ਲਜਾਣ ਵਾਲਾ ਵੀ ਵਾਹਿਗੁਰੂ ਹੀ ਹੈ ਤੇ ਅੰਦਰ ਲਿਆਉਣ ਵਾਲਾ ਵੀ ਵਾਹਿਗੁਰੂ ਹੀ ਹੈ ਵਾਹਿਗੁਰੂ ਦੇ ਹੀ ਆਸਰੇ ਸਵਾਸ ਚੱਲਦੇ ਨੇ ਇਸ ਕਰਕੇ ਸਵਾਸਾਂ ਦੇ ਨਾਲ ਜੋੜੋ ਪਵਣ ਗੁਰੂ ਉਹ ਪਵਣੇ ਸਵਾਸਾਂ ਨੂੰ ਹੀ ਕਿਹਾ ਸਰੀਰ ਦਾ ਇਹ ਸਰੀਰ ਨੂੰ ਸਵਾਸ ਹੀ ਚਲਾਉਂਦੇ ਨੇ ਤਾਈਓ ਸਾਸ ਗਰਾਸ ਸਿਮਰਨ ਕਰਨਾ ਸਿਮਰਨ ਕਰਦੇ ਰਹਿਣਾ ਮਨੁੱਖਾ ਦੇਹੀ ਦੀ ਪ੍ਰਾਪਤੀ ਸਿਰਫ ਸਿਮਰਨ ਲਈ ਹੀ ਮਿਲੀ ਹੁਣ ਵਿੱਚੋਂ ਕਈ ਕਹਿੰਦੇ ਅਸੀਂ ਸਟੂਡੈਂਟ ਆ ਅਸੀਂ ਪੜ੍ਹਨਾ ਪੜ੍ਹਾਈ ਤਾਂ ਇਦਾਂ ਆਉਗੀ ਛੁਟਕੀਆਂ 'ਚ ਇਹ ਕੋਈ ਖਾਸ ਗੱਲ ਨਹੀਂ ਹੈਗੀ ਪੜ੍ਹਾਈ ਜਿਵੇਂ ਬਾਬਾ ਹਰਨਾਮ ਸਿੰਘ ਜੀ ਦੇ ਉਹ ਲਿਖਿਆ ਨਾ ਪੁਸਤਕ 'ਚ ਉਹ ਸਾਰਾ ਦੇਨੇਕ ਸਿੰਘ ਨਾਲ ਘੁੰਮਦਾ ਰਿਹਾ ਘੁੰਮਦਾ ਰਿਹਾ ਉਹ ਅਮਰਧਾਰੀ ਬਹੁਤ ਨਿੱਤੇਮੀ ਪ੍ਰੇਮੀ ਰਾਤ ਨੂੰ ਜੋ ਬਾਬਾ ਇਹ ਕਹਿੰਦੇ ਉਹ ਤੈਨੂੰ ਕੀ ਚਿੰਤਾ ਲੱਗੀ ਹੋਈ ਆ ਉਹ ਕਹਿੰਦੇ ਮਹਾਰਾਜ ਸਵੇਰ ਮੇਰਾ ਤਾਂ ਪੇਪਰ ਹੈ ਮੈਨੂੰ ਤਾਂ ਯਾਦ ਆ ਗਿਆ ਕਹਿੰਦੇ ਜਾ ਹੁਣ ਚਲੇ 9 ਵਜੇ ਘਰੇ ਭੇਜਤਾ ਕਹਨੇ ਜੋ ਅੱਜ ਰਾਤ ਨੂੰ ਪੜ੍ਹੇਗਾ ਸਾਰਾ ਸਵੇਰੇ ਪੇਪਰ ਚ ਆ ਜਾਊਗਾ। ਸੰਤ ਕੈ ਸੰਗ ਨਹੀਂ ਕਿਛ ਕਾਲ। ਦਰਸ਼ਨ ਭੇੜਤ ਹੋਤ ਨਿਆਲ। ਉਹਨ ਸਾਰੀ ਰਾਤ ਜੋ ਪੜਿਆ ਉਹ ਸਵੇਰੇ ਪੇਪਰ ਚ ਆ ਗਿਆ। ਇਹ ਜਿਹੜੀ ਗੁਰਬਾਣੀ ਜਿਹੜਾ ਇਹ ਸਿਮਰਨ ਹੈ ਇਹ ਸਭ ਤੋਂ ਉੱਪਰ ਹੈ। ਬੰਦਗੀ ਕਰਨ ਵਾਲਿਆਂ ਲਈ ਫਿਰ ਉਹ ਚੀਜ਼ਾਂ ਸਾਰੀਆਂ ਹੀ ਛੋਟੀਆਂ ਪੈ ਜਾਣੀ। ਆਪਾਂ ਜਿਹੜੀਆਂ ਚੀਜ਼ਾਂ ਲਈ ਪੁੱਠੇ ਹੋ ਹੋ ਲਮਕਦੇ ਆ ਨਾ ਆ ਜਾਨਣਾ ਹੀਲ ਵਾਰ ਕੇ ਲੋਕੀ ਆ ਯੂ ਐਸ ਏ ਦੇਖਿਆ ਇੱਕ ਬੰਦਾ ਮੇਰੇ ਕੋਲ ਬੈਠਾ ਲੈ ਸੌਂਈ ਜਾਵੇ ਗੱਲਾਂ ਕਰਦਾ ਮੈਂ ਉੱਤੇ ਨੀਂਦ ਕਿਉਂ ਆਈ ਕਹਿੰਦਾ ਤਿੰਨ jobbਾਂ ਕਰਦਾ ਮੈਂ ਕਿ ਅੱਛਾ ਇੱਕ ਪਹਿਲਾਂ 8 ਘੰਟੇ ਕਹਿੰਦਾ 15 ਮਿੰਟ ਦੀ ਡਰਾਈਵ ਤੇ ਫਿਰ 8 ਘੰਟੇ ਫਿਰ 4 ਘੰਟੇ ਕਹਿੰਦਾ 4 ਘੰਟੇ ਸੌਣ ਨੂੰ ਮਿਲਦੇ ਹੁਣ ਨੀਂਦ ਨਾ ਆਵੇ ਤਾਂ ਕੀ ਕਰਾਂ ਮੇਰਾ ਇੰਨਾ ਕਿਉਂ ਕੰਮ ਕਰਦਾ ਕਹਿੰਦਾ ਨਿਆਣੇ ਹੁਣ ਬਿੱਲੇ ਖਾਣਗੇ ਜਿੱਗੇ ਮੌਰਗੇ ਜੀ ਭਰਨੀ ਪੈਂਦੀ ਬਿਜਲੀ ਦਾ ਬਿੱਲ ਇਹ ਉਹ ਇਹ ਉਹ ਕਰਕੇ ਮੈਂ ਨਿਕਲ ਜਾ ਇੰਨਾ ਚੋਂ ਹੁਣ ਕੰਮ ਕਰੋ ਮੈਂ ਇਹਨੂੰ ਆਈਡੀਆ ਦਿੱਤਾ ਮੈਂ ਤੂੰ ਇੰਡੀਆ ਚਲ ਜਾ ਹੈਨਾ ਮੈਂ ਆਪੇ ਭਰਨਗੇ ਹੁਣ ਇਹ ਜਿਹੜੇ ਨਿਆਣੇ 20 22 ਬਾਈ ਬਾਈ ਸਾਲ ਦੇ 25 ਸਾਲ ਦੇ ਕਮਾ ਨਹੀਂ ਸਕਦੇ ਹੋ ਘਰ ਵਾਲੀ ਤੇਰੀ ਹੈਗੀ ਕਹਨ ਉਹ ਮੈਨੂੰ ਨਸ਼ਾ ਜਾਂ ਖਵਾਸ਼ ਛੱਡ ਦੇ ਕੰਮ ਲਈ ਜਾਂਦੇ ਮੈਂ ਬੰਦੇ ਨੂੰ ਤੇ ਡੰਗਰ ਬਣਾਇਆ ਮਾਰ ਨਾਲ ਬਾਣੀ ਲਿਖਿਆ ਆਰੇ ਮਜ਼ਦੂਰੀ ਕਰਦਾ ਫਿਰਦਾ ਬਸ ਤੇ ਬੰਦਗੀ ਮੈਂ ਤੂੰ ਕਦੋਂ ਕਰੇਗਾ ਫਿਰ ਜੇ ਤੂੰ 20 ਘੰਟੇ ਕੰਮ ਹੀ ਕਰ ਜੇਸ ਮਾਇਆ ਲਈ ਤੁਸੀਂ 20 ਘੰਟੇ ਕੰਮ ਕਰਦੇ ਹੋ ਜੇ ਕਹਦੇ ਢਾਈ ਘੰਟੇ ਸਿਮਰਨ ਉਹ ਥਈ ਪਤਾ ਨਹੀਂ ਕੀ ਹੋ ਜਾਂਦਾ ਮੁੜ ਕੇ ਗਸ਼ਾ ਪੈ ਜਾਂਦੀਆਂ ਢਾਈ ਘੰਟੇ ਬਾਠ ਕਰਨਾ ਫੇਰ ਪੜ੍ਹੇਗਾ ਨੇ ਕਿੱਥੇ ਲਿਖਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਲਿਖਿਆ ਫੇਰ ਕੁਐਸਚਨ ਖੜੇ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਨੇ ਕਦ ਕਿਹਾ ਤੂੰ 20 ਘੰਟੇ ਕੰਮ ਕਰ ਮਾਰਾ ਨੇ ਥੋੜੀ ਥੋੜੀ ਕਿਹਾ ਸੀਗਾ ਇੰਨਾ ਇੰਨਾ ਕੰਮ ਕਰੋ ਤੇ ਪੈਸੇ ਲਈ ਇੰਨਾ ਕੰਮ ਕਰੋ ਤੇ ਮਨੁੱਖਾ ਦੇ ਹੀ ਖਰਾਬ ਹੀ ਕਰ ਲੋ ਆਪਣੀ ਇਸ ਕਰਕੇ ਸਤਿਗੁਰੂ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਕਿ ਸਿਮਰਨ ਕਰਨ ਦੇ ਨਾਲ ਬੰਦਗੀ ਆ ਮੂਲ ਮੰਤਰ ਨਾ ਮੂਲ ਮੰਤਰ ਜੇ ਤੁਹਾਨੂੰ ਦੱਸਾਂ ਮੂਲ ਮੰਤਰ ਪਰਮੇਸ਼ਰ ਜੀ ਆਪ ਨੇ ਉਹਨਾਂ ਨੇ ਮੂਲ ਮੰਤਰ ਰੂਪ ਧਾਰਿਆ ਹੋਇਆ ਆਪਣਾ ਸਿਰਫ ਸਾਡੇ ਭਲੇ ਵਾਸਤੇ ਪਰਮੇਸ਼ਰ ਜੀ ਆਪ ਹੀ ਨੇ ਗੁਰੂ ਗ੍ਰੰਥ ਸਾਹਿਬ ਮਾਰਾ ਪਰਮੇਸ਼ਰ ਜੀ ਆਪ ਨੇ ਜਿਹਨੂੰ ਲੋਕੀ ਕਹਿੰਦੇ ਉਹ ਧੰਨੇ ਨੂੰ ਰੱਬ ਮਿਲ ਗਿਆ ਤੁਹਾਨੂੰ ਤਾਂ ਸਾਹਮਣੇ ਬੈਠਾ ਰੱਬ ਪਰ ਤੁਸੀਂ ਯਕੀਨ ਨਹੀਂ ਕਰਦੇ ਹ ਇਹ ਰੱਬ ਹੈ ਰੱਬ ਦੇਖਣਾ ਬਸ ਗੁਰੂ ਗ੍ਰੰਥ ਸਾਹਿਬ ਦਰਸ਼ਨ ਰੱਬ ਦੇ ਦਰਸ਼ਨ ਰੱਬ ਜੀ ਸ਼ਬਦ ਰੂਪ ਹੋ ਕੇ ਬੈਠੇ ਨੇ ਸਾਡੇ ਭਲੇ ਲਈ ਗੁਰ ਦੀ ਇੱਕ ਗੱਲ ਦੇ ਦਿਨਾ ਤੁਹਾਨੂੰ ਮਹਾਰਾਜ ਨੇ ਬਚਨ ਕੀਤੇ ਨੇ ਇਹ ਆ ਜਿੰਨੀ ਸੰਗਤ ਬੈਠੀ ਐ ਸਾਰੇ ਜਣੇ ਸਵਾ ਸਵਾ ਲੱਖ ਮੋਲ ਮੰਤਰ ਸ਼ੁਰੂ ਕਰੋ ਇੱਕ ਵਾਰ ਪੂਰਾ ਹੋ ਜੇ ਫਿਰ ਦੁਬਾਰਾ ਕਰ ਲਓ ਤੁਸੀਂ ਪਹਿਲੇ ਹੱਲੇ ਹੀ ਦੇਖੋਗੇ ਚੱਕਰ ਘੁੰਮਦਾ ਦੂਜੇ ਹੱਲੇ ਹੋਰ ਤੀਜੇ ਜਿਉਂ ਜਿਉਂ ਕਰੀ ਜਾਓਗੇ ਤੁਹਾਨੂੰ ਐਨੇ ਔਖੇ ਨਹੀਂ ਹੋਣਾ ਪੈਣਾ ਕਿਸੇ ਕੰਮ ਦੇ ਵਿੱਚ ਕਿਉਂਕਿ ਮਹਾਰਾਜ ਦਾ ਬਚਨ ਹੈ ਆਪਾਂ ਨੂੰ ਕੁਝ ਕੁ ਡਿਊਟੀਆਂ ਹੁੰਦੀਆਂ ਨੇ ਕੁਝ ਮਹਾਰਾਜਾ ਹੁਕਮ ਹੈ ਵੀ ਇਹਨਾਂ ਨੂੰ ਮੂਲ ਮੰਤਰ ਕਹੋ ਕਿਉਂ ਜੇ ਜਪਜੀ ਸਾਹਿਬ ਕਹਿੰਨੇ ਫਿਰ ਸੰਥਿਆ ਨਹੀਂ ਹੋਈ ਕਈਆਂ ਦੀ ਮੂਲ ਮੰਤਰ ਦਾ ਅਭਿਆਸ ਕਰਦੇ ਜਾਓ ਕਰਦੇ ਜਾਓ ਸਵਾ ਲੱਖ ਪਾਠ ਇੱਕ ਵਾਰ ਕਰ ਲਓ ਫਿਰ ਸਵਾ ਲੱਖ ਕਰ ਲਓ ਫਿਰ ਸਵਾ ਲੱਖ ਕਰ ਲਓ ਪਰਿਵਾਰ ਦੇ 8 ਮੈਂਬਰ 4-4 ਮਾਰ ਰੋਜ਼ ਕਰਦੋ 32 ਹੋ ਗਈਆਂ 32 ਮਾਲਾ ਨਾਲ 40 ਦਿਨਾਂ ਚ ਸਵਾ ਲੱਖ ਹੋ ਜਾਂਦੇ 4 ਮੈਂਬਰਾਂ ਦਾ 8-8 ਮਾਲਾ ਕਰ ਲਓ ਕੱਲੇ-ਕੱਲੇ ਨੇ ਕਰਨਾ ਤਾਂ ਕੱਲਾ-ਕੱਲਾ ਵੀ ਕਰ ਸਕਦਾ। ਸ਼ਰੂ ਵਿੱਚ ਇੱਕ ਵਾਰੀ ਥੋੜਾ ਜਿਹਾ ਔਖਾ ਲੱਗਦਾ ਜਦੋਂ ਇਹ ਕੰਮ ਰੇੜ ਪੈਂਦਾ ਫਿਰ ਤਾਂ ਇਹੋ ਜੀ ਕਿਰਪਾ ਹੁੰਦੀ ਹੈ। ਮਹਾਰਾਜ ਆਪੇ ਕਰਾਈ ਜਾਂਦੇ ਫਿਰ। ਮੂਲ ਮੰਤਰ ਦੇ ਅਭਿਆਸ ਕਰੀ ਜਾਓ, ਕਰੀ ਜਾਓ, ਕਰੀ ਜਾਓ, ਕਰੀ ਜਾਓ। ਸਤਿਗੁਰੂ ਜੀ ਫਿਰ ਇੱਕ ਗੱਲ ਯਾਦ ਰੱਖੋ ਜੇ ਅੰਮ੍ਰ ਸ਼ਕਲ ਤੋਂ ਜ਼ਿਆਦਾ ਵੀ ਜਿੰਨਾ ਨਹੀਂ ਛਕਿਆ ਕਿਉਂਕਿ ਪੰਜ ਪਿਆਰਿਆਂ ਤੋਂ ਬਖਸ਼ਿਸ਼ ਪ੍ਰਾਪਤ ਕਰੋ। ਪਰ ਫੇਰ ਵੀ ਇੱਕ ਚੀਜ਼ ਆ ਜਾਂਦੀ ਜਿਨ੍ਹਾਂ ਨੇ ਸਿੱਖਾਂ ਦੇ ਘਰੇ ਜਨਮ ਲਿਆ ਹੋਇਆ ਹਾਲਾਂ ਵੀ ਉਹਨਾਂ ਦੀ ਪ੍ਰਵਾਨਗੀ ਹੈ ਇਹ ਵੀ ਇੱਕ ਮੈਂ ਬੜੀ ਵੱਡੀ ਤਜਰਬੇ ਦੀ ਚੀਜ਼ ਦੇਖੀ ਸੀ ਕਿ ਜਿਨ੍ਹਾਂ ਨੇ ਸਿਰਫ ਸਿੱਖ ਦੇ ਘਰੇ ਜਨਮ ਲਿਆ ਹਲੇ ਰਹਿਤ ਵਿੱਚ ਨਹੀਂ ਆਏ ਤਾਂ ਵੀ ਗੁਰੂ ਸਾਹਿਬ ਕਹਿੰਦੇ ਉਹ ਧਰਮਰਾਜ ਕੀ ਕਹਿੰਦਾ ਜਾਂਦਿਆਂ ਨੂੰ ਓਏ ਗੁਰੂ ਨਾਨਕ ਦੇ ਘਰੇ ਜਨਮ ਲੈ ਕੇ ਅਮਰ ਨਹੀਂ ਸ਼ਕਿਆ ਤੂੰ ਧਰਮਰਾਜ ਫਸਟ ਪ੍ਰਸ਼ਨ ਇਹੀ ਕਰਦਾ ਜਿਹੜੇ ਸ਼ੱਕੇ ਨਹੀਂ ਜਾਂਦੇ ਗੁਰਨਾਨਕ ਦੇ ਘਰ ਚ ਆਏ ਤਾਂ ਹੈ ਨਾ ਸਿੱਖਾਂ ਦੇ ਘਰ ਜਨਮ ਲਿਆ ਇਹਨਾਂ ਨੇ ਤੇ ਸਿੱਖਾਂ ਦੇ ਘਰੇ ਜਨਮ ਲੈ ਕੇ ਜੇ ਅਮਰਤ ਨਹੀਂ ਛਕਿਆ ਫਿਰ ਉਹ ਕਹਿੰਦੇ ਹੁਣ ਫੇਰ ਜਾ ਅਮਰਤ ਤਾਂ ਛਕਣਾ ਹੀ ਪੈਣਾ ਤੈਨੂੰ ਤਾਂ ਤੇ ਅਮਰ ਛੱਕ ਕੇ ਗੁਰੂ ਵਾਲੇ ਬਣੋ ਤਾਂ ਬਹੁਤ ਹੀ ਵਧੀਆ ਨਹੀਂ ਤਾਂ ਮੂਲ ਮੰਤਰ ਦਾ ਅਭਿਆਸ ਸਾਰੇ ਸ਼ੁਰੂ ਕਰ ਦਿਓ ਤਰੱਕੀ ਤੁਹਾਡੀ ਤਾਂ ਹੋਣੀ ਬੰਦਗੀ ਸਿਮਰਨ ਸਾਰੇ ਪਾਸੇ ਨੂੰ ਕੰਮਾਂ ਕਾਰਾਂ ਚ ਨੂੰ ਫੇਰ ਮਹਾਰਾਜ ਦੀ ਕਿਰਪਾ ਵਿਦਿਆਰਥੀ ਕਰੀ ਜਾਣ ਉਹਨਾਂ ਨੂੰ ਵਿਦਿਆ ਦਾ দান ਮਿਲ ਜਾਂਦਾ ਜਿਹੀ ਜੀ ਕੋਈ ਇੱਛਾ ਕਰੇ ਵਿਦਿਆ ਤਾਪ ਜੋਗ ਪ੍ਰਭ ਧਿਆਨ ਗਿਆਨ ਸ਼੍ਰੇਸ਼ਟ ਉਤਮ ਇਸ਼ਾਨ ਚਾਰ ਪਦਾਰਥ ਕਮਲ ਪ੍ਰਗਾਸ ਸੁਖਮਨੀ ਸਾਹਿਬ ਦੀ ਖੀਰ ਲਈ ਅਸ਼ਟਪਦੀ ਪੜੋ ਮਹਾਰਾਜ ਨੇ ਸਾਰਾ ਕੁਝ ਲਿਖਾਉਣ ਜੇ ਮੈਂ ਕਹਾਂ ਸੁਖਮਨੀ ਸਾਹਿਬ ਦੇ ਪੰਜ ਪਾਠ 10 ਪਾਠ ਕਰ ਲੋ ਤੁਸੀਂ ਕਹਿਣਾ ਸੰਤਿਆ ਨੇ ਵੀ ਜਾਂ ਫਿਰ ਇਹ ਔਖੇ ਤਾਂ ਹੀ ਫਿਰ ਮੂਲ ਮੰਤਰ ਤੇ ਹੀ ਗੱਲ ਖੜਾਈ ਵੀ ਮੂਲ ਮੰਤਰ ਸਿੱਧੀ ਪ્યોਰ ਭਗਤੀ ਹੈ ਪਰਮੇਸ਼ਰ ਦੀ ਮੂਲ ਮੰਤਰ ਦਾ ਅਭਿਆਸ ਕਰੀ ਜਾਓ ਸਤਿਗੁਰੂ ਦੀ ਕਿਰਪਾ ਰਹਿੰਦੀ ਹੈ ਮਹਾਰਾਜ ਮੇਰ ਕਰਨ ਇਉਂ ਆਪਾਂ ਨੇ ਦੇਖੋ ਜਿਹੜੀਆਂ ਗੱਲਾਂ ਬਾਤਾਂ ਨੇ ਸਾਰੀਆਂ ਇਹਨਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਸਭ ਕੁਝ ਛੱਡ ਕੇ ਸਭ ਕੁਝ ਛੱਡ ਕੇ ਸਿਰਫ ਤੇ ਸਿਰਫ ਜਿਵੇਂ ਆਪਾਂ ਨਾ ਮੂਲ ਚੀਜ਼ ਦੁਨੀਆਂ 'ਚ ਪੈਸੇ ਨੂੰ ਗਿਣਦੇ ਆਂ ਬਸ ਜੇ ਕੋਈ ਪੈਸੇ ਵਾਲਾ ਬੰਦਾ ਮਿਲ ਜੇ ਤਾਂ ਆਪਾਂ ਕਹਿੰਨੇ ਬੜਾ ਅਮੀਰ ਬੰਦਾ ਜਿਹਦੇ ਕੋਲ ਪੈਸੇ ਨੇ ਉਹ ਪੈਸੇ ਨੂੰ ਅੱਜ ਇਹੀ ਜੋਗ ਹੈ ਬਸ ਪਰ ਜਦੋਂ ਇਸ ਤੋਂ ਇੱਕ ਉੱਪਰ ਅਵਸਥਾ ਕੀ ਹੈ ਨਾਮ ਕਿੰਨਾ ਜਪਦੇ ਹੋ ਬਸ ਇਹ ਮੂਲ ਚੀਜ਼ ਨਾਮ ਪੁੱਛੀ ਜਾਣੀ ਤੁਹਾਨੂੰ ਪ੍ਰਲੋਗ ਵਿੱਚ ਤਾਂ ਪੈਸਾ ਨਾਲ ਜਾਣਾ ਨਹੀਂ ਜਮਦੂਤ ਲੈਣ ਆਉਂਦੇ ਕਹਿੰਦੇ ਆਜ ਕੀ ਰਾਤ ਗਾਵ ਕਿਛ ਬਾਕੀ ਉਹ ਸਾਰੇ ਸ਼ਬਦ ਇਸ 'ਤੇ ਖਰਚ ਤੁਹਾਰਾ ਸਾਰੋਂ ਜਮਦੂਤ ਲੈਣ ਆਏ ਬੰਦੇ ਨੂੰ ਬੰਦਾ ਕਹਿੰਦਾ ਥੋੜੇ ਬਹੁਤ ਤੁਸੀਂ ਵੀ ਲੈ ਲਿਓ ਵਿੱਚੋਂ ਮੈਨੂੰ ਛੱਡ ਦਿਓ ਅੱਜ ਦੀ ਰਾਤ ਉਹ ਕਹਿੰਦੇ ਤੂੰ ਬੰਦਾ ਬਣ ਤੁਰ ਤੁਰ ਮੋਟ ਚੱਲਦਰ ਹਾਲ ਦੀ ਬਾਣ ਬੁਲਾਇਆ ਚਲੋ ਸਿਤਾਬ ਦੀ ਬਾਣ ਬੁਲਾਇਆ ਹਰ ਫਰਮਾਨ ਦਰਗਹ ਹੈ ਕਾ ਆਇਆ ਜਮਦੂਤ ਰਿਸ਼ਵਤ ਨਹੀਂ ਲੈਂਦੇ ਉਹ ਪੈਸਾ ਨਹੀਂ ਲੈਂਦੇ ਹੈਗੇ ਕਿਉਂਕਿ ਪੈਸਾ ਉੱਪਰ ਚੱਲਦਾ ਨਹੀਂ ਉੱਥੇ ਤਾਂ ਨਾਮ ਹੀ ਚੱਲਦਾ ਬਸ ਉੱਥੇ ਅਮੀਰ ਕੌਣ ਹੈ ਭਗਟੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮ ਪ੍ਰਵਾਣ ਗਣੀ ਸਈ ਇਹ ਆਏ ਸਫਲ ਤਿੰਨਾਂ ਕੇ ਕੰਮ ਭਗਟੜਾ ਕਹਿੰਦੇ ਅਮੀਰ ਨੂੰ ਅਮੀਰ ਕੌਣ ਹੈ ਜਿਹੜਾ ਨਾਮ ਜਪਣ ਵਾਲਾ ਹੈ ਸੰਸਾਰ ਦੇ ਅੰਦਰ ਕਿੰਨਾ ਪੈਸਾ ਸੰਸਾਰ ਦੇ ਲੋਕਾਂ ਕੋਲੇ ਡਾਕਟਰ ਨੂੰ ਕਹਿੰਦਾ ਮੀਂਹ ਭਰਾ ਦਿਆਂਗਾ ਪੈਸੇ ਦਾ ਇਹਨੂੰ ਰਾਜ਼ੀ ਕਰਦੇ ਹੋ ਕਹਿੰਦਾ ਹੱਥ ਜੋੜੇ ਤੁਸੀਂ ਭਾਵੇਂ ਕੋਠਾ ਭਰ ਕੇ ਨੋਟਾਂ ਦੇ ਦਿਓ ਇਹਨੂੰ ਹੁਣ ਮੈਂ ਵਿਚਾਰ ਨਹੀਂ ਸਕਦਾ ਹਾਂ ਹੁਣ ਤਾਂ ਬਾਬੇ ਦੇ ਹੀ ਜਾਓ ਗੱਲ ਤਾਂ ਮੁੜ ਕੇ ਫੇਰ ਇੱਥੇ ਆ ਗਈ ਕਿਸੇ ਵੀ ਕੰਮ ਵਿੱਚ ਆਪਾਂ ਕਹਿੰਦੇ ਆ ਜਦੋਂ ਪਹਿਲੀ ਕਥਾ ਜੇ ਗੱਲ ਭਰੀ ਹੋਈ ਹੈ ਪਟਿਆਲੇ ਦੀ ਕਥਾ 'ਚ ਇੱਕ ਮਾਤਾ ਪਿਤਾ ਕਹਿਣਗੇ ਨਿਆਣਾ ਸਾਡਾ ਕੇਸ ਕਟਾਉਣ ਨੂੰ ਕਹਿੰਦਾ ਸਮਝਾਓ ਬੀਏ ਕਰ ਰਿਹਾ ਨਾ ਪਾਠ ਨਾ ਪੂਜਾ ਸਾਡੇ ਅੱਖੇ ਨਹੀਂ ਲੱਗਦਾ ਉਹਨੂੰ ਸਮਝਾਉਣ ਬੈਠਾ ਤੇ ਮੈਂ ਕਿਹਾ ਜਪਜੀ ਸਾਹਿਬ ਕਰਿਆ ਕਰ ਉਹ ਐਡਾ ਟੇਡਾ ਸੀਗਾ ਮੈਨੂੰ ਕਹਿੰਦਾ ਆ ਜਪਜੀ ਸਾਹਿਬ ਨੇ ਕਿਹੜਾ ਰੋਟੀ ਦੇਣੀ ਹੈ ਮੈਂ ਕਿਹਾ ਅੱਛਾ ਯਾਰ ਰੋਟੀ ਤਾਂ ਡਿਗਰੀ ਕਰਕੇ ਮਿਲਣੀ ਮੈਂ ਕਿਹਾ ਪੁੱਤ ਇਦਾਂ ਕਰਿਓ ਤੇਰੀਆਂ ਜੁੱਤੀਆਂ ਘਾਸ ਜਾਣਗੀਆਂ ਡਿਗਰੀਆਂ ਹੱਥ 'ਚ ਫੜ ਕੇ ਤੁਰਿਆ ਫਿਰੇਗਾ ਰੋਟੀ ਜੱਜ ਜੀ ਸਾਹਿਬ ਹੀ ਦਊਗਾ ਅੱਜ ਦਾ ਹਾਲ ਦੇਖ ਲਓ ਦੁਨੀਆ ਦਾ ਉਹ ਡਿਗਰੀਆਂ ਲੋਕਾਂ ਦੇ ਕੋਲੇ ਨੇ ਆ ਸਾਰੇ ਦੇਸ਼ਾਂ ਦਾ ਇੰਨਾ ਮੰਦਾ ਹਾਲ ਹੈ ਮੇਰੇ ਕੋਲ ਤਾਂ ਡੇਲੀ ਫੋਨ ਆਉਂਦੇ ਲੋਕਾਂ ਦੇ ਔਰ ਰੋਈ ਜਾਂਦੇ ਨੇ ਕਿ ਕਿੱਥੋਂ ਪੈਸਾ ਲਈ ਪੈਸਾ ਹੀ ਨਹੀਂ ਹੈਗਾ ਲੋਕਾਂ ਕੋਲ ਡਿਗਰੀਆਂ ਕੀ ਕਰਨੀ ਜਦ ਬਖਸ਼ਿਸ਼ ਹੀ ਨਹੀਂ ਹੈਗੀ ਸਭ ਤੋਂ ਵੱਡੀ ਕੀ ਇੱਕ ਮੋੜ ਕੁੜ ਕੇ ਘੁੰਮ ਫਿਰ ਕੇ ਬੰਦਾ ਆਉਂਦਾ ਗੁਰੂ ਦੇ ਦਰ ਤੇ ਹੀ ਹੈ ਇਸ ਕਰਕੇ ਪਹਿਲਾਂ ਹੀ ਗੁਰੂ ਨਾਲ ਜੁੜੋ ਬਾਣੀ ਨਾਲ ਜੁੜੋ ਸਿਮਰਨ ਨਾਲ ਜੁੜੋ ਮੂਲ ਮੰਤਰ ਨੇ ਹੀ ਕਿਰਪਾ ਕਰਨੀ ਵਾਹਿਗੁਰੂ ਮੰਤਰ ਦਾ ਅਭਿਆਸ ਕਰੋ ਮੂਲ ਮੰਤਰ ਕਰਦੇ ਹੋਏ ਬਾਅਦ ਚ ਦੋ ਵਾਰੀ ਵਾਹਿਗੁਰੂ ਕਹਿ ਲਓ ਦੇਖੋ ਹੁਣ 32 ਮਾਲਾ ਕਰਨੀਆਂ ਅਸੀਂ ਤਾਂ ਨਾਲ ਜਦੋਂ ਅਖੀਰ ਤੇ ਇੱਕ ਵਾਰ ਵਾਹਿਗੁਰੂ ਕਹੇ ਜਾਂ ਤੇ 32 ਮਾਲਾ ਵਾਹਿਗੁਰੂ ਮੰਤਰ ਦੀ ਨਾਲ ਹੋ ਜਾਂਦੀ ਹੈ ਇੱਕ ਕਿਉਂਕਿ ਪਹਿਲਾਂ ਤੋਂ ਲੈ ਕੇ ਪੁਰਾਣਿਆਂ ਦਾ ਅਭਿਆਸ ਹੀ ਤੁਰਿਆ ਆਉਂਦਾ ਜਦੋਂ ਆ ਕੇ ਕਿਹਾ ਨਾਨਕ ਹੋਸੀ ਵੀ ਸੱਚ ਉਹ ਵਾਹਿਗੁਰੂ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਉਹ ਇੱਕ ਵਾਰ ਵਾਹਿਗੁਰੂ ਕਿਹਾ ਦੋ ਵਾਰ ਕਿਹਾ ਵਾਹਿਗੁਰੂ ਵਾਹਿਗੁਰੂ ਫਿਰ ਹੋਰ ਜ਼ਿਆਦਾ ਲਾਹਾ ਹੋ ਗਿਆ ਇੱਕ ਵਾਰ ਕਹਿਣਾ ਇੱਕ ਵਾਰ ਕਹਿ ਲਓ ਇਸ ਤਰ੍ਹਾਂ ਕਰਦੇ ਹੋਏ ਮੂਲ ਮੰਤਰ ਦਾ ਅਭਿਆਸ ਇੱਕ ਵਾਰ ਦੋ ਵਾਰ ਤਿੰਨ ਵਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਗੱਡੀ ਲੀਹ ਤੇ ਜਦੋਂ ਚੜ ਗਈ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਹੋ ਜਾਂਦੀਆਂ ਨੇ ਹੁਣ ਅੱਗੇ ਤੁਹਾਡੀ ਮਰਜ਼ੀ ਤੁਸੀਂ ਰੱਬ ਤੋਂ ਕੀ ਮੰਗਣਾ ਮੇਰੇ ਖਿਆਲ ਤਾਂ ਨਾਮਦਾਨ ਤੇ ਸਿੱਖੀਦਾਨ ਦੋ ਗੱਲਾਂ ਤੋਂ ਜ਼ਿਆਦਾ ਨਾ ਮੰਗੋ ਇਹ ਗੱਲ ਵਿੱਚ ਵੀ ਬਿਠਾ ਕੇ ਸਮਝਾਉਣਾ ਪੈਂਦਾ ਲੋਕ ਕਹਿੰਦੇ ਫਿਰ ਦੋ ਚੀਜ਼ਾਂ ਹੀ ਉਹ ਜਿਹਦੇ ਕੋਲ ਸਿੱਖੀ ਆ ਉਹਦੇ ਤਾਂ ਕੋਲ ਦੱਸੇ ਸਰੂਪ ਹੀ ਖੜ ਜਾਂਦੇ ਨੇ ਆ ਕੇ ਕੀ ਇੱਛਾ ਪੁੱਤਰ ਦੱਸ ਸਿੱਖ ਏਡੀ ਵੱਡੀ ਪਾਵਰ ਹੈ ਸਿੱਖ ਅ ਕਹਿੰਦਾ ਹੁਣ ਆਪਾਂ ਵੀ ਆਪਾਂ ਨੂੰ ਆ ਕਹਿੰਦੇ ਆ ਅਸੀਂ ਸਾਰੇ ਸਿੱਖ ਬੈਠੇ ਆ ਇਹ ਨਹੀਂ ਗੱਲ ਹੁੰਦੀ ਮੈਂ ਕੱਲ ਵੀ ਬੇਨਤੀ ਕੀਤੀ ਸਟੂਡੈਂਟ ਤਾਂ ਪਹਿਲੀ ਪਹਿਲੇ ਦੇਣੀ ਦਾਖਲ ਹੋਣ ਤੇ ਕਹਿੰਦੇ ਸਟੂਡੈਂਟ ਹੈ ਤੇ ਸਟੂਡੈਂਟ ਤਾਂ ਉਹ ਜਾ ਕੇ ਪੀ ਐਚ ਡੀ ਚ ਵੀ ਸਟੂਡੈਂਟ ਸਿੱਖ ਤਾਂ ਆ ਵੀ ਬੱਚੇ ਬੈਠੇ ਜਿਹਨੇ ਅੱਜ ਜਨਮ ਲਿਆ ਹਲੇ ਘੰਟਾ ਨਹੀਂ ਹੋਇਆ 10 ਮਿੰਟ 5 ਮਿੰਟ ਉਹ ਵੀ ਸਿੱਖ ਹੈ ਤਾਂ ਸਿੱਖਾਂ ਦੇ ਘਰ ਹੀ ਆਇਆ ਪਰ ਜਦੋਂ ਸਿੱਖ ਸਹੀ ਰੂਪ ਵਿੱਚ ਸਿੱਖ ਬਣਨਾ ਸਿੱਖ ਬਣਨਾ ਸਿੱਖਣਾ ਬਾਬਾ ਲੈਣਾ ਜੀ ਤੋਂ ਸਿੱਖੋ ਗੁਰੂ ਅਮਰਦਾਸ ਜੀ ਤੋਂ ਸਿੱਖੋ ਸਿੱਖ ਕੀ ਹੁੰਦਾ ਉਹਨਾਂ ਨੇ ਇੱਕ ਸਿੱਖ ਦਾ ਜੀਵਨ ਦਿਖਾਇਆ ਗੁਰੂ ਰਾਮਦਾਸ ਜੀ ਤੋਂ ਸਿੱਖੋ ਸਿੱਖ ਕੀ ਹੁੰਦਾ ਉਹਨਾਂ ਦੇ ਤੋਂ ਸਿੱਖੋ ਬਾਬਾ ਬੁੱਢਾ ਜੀ ਤੋਂ ਸਿੱਖੋ ਭਾਈ ਗੁਰਦਾਸ ਤੋਂ ਸਿੱਖੋ ਸਿੱਖ ਕੀ ਹੁੰਦਾ ਇਸ ਕਰਕੇ ਆਪਾਂ ਨੇ ਸਿੱਖ ਹਲੇ ਤਾਂ ਬਣਨਾ ਸਿੱਖਣਾ ਹੈ ਤੇ ਸਿੱਖ ਬਣਨਾ ਹੈ ਸਿੱਖ ਬਣ ਲਈ ਬੰਦਗੀ ਦੀ ਲੋੜ ਹੈ ਤੇ ਸੇਵਾ ਦੀ ਲੋੜ ਹੈ ਜੇ ਸਿੱਖ ਬਣ ਕੇ ਸਿੱਖੀ ਮੰਗ ਲਈ ਤੇ ਨਾਮਦਾਨ ਇਹ ਦੋ ਚੀਜ਼ਾਂ ਦੇ ਵਿੱਚੇ ਹੀ ਸਾਰਾ ਕੁਝ ਆ ਗਿਆ ਇਹਦੇ ਲਈ ਮੈਨੂੰ ਸੰਸਾਰੀ ਉਦਾਹਰਣ ਦੇਣੀ ਪੈਂਦੀ ਜਿਵੇਂ ਕਿਸੇ ਰਾਜੇ ਮੁਰੇ ਕੋ ਖੜਿਆ ਉਹ ਜਾ ਕੇ ਕਹਿੰਦਾ ਵੀ ਕੀ ਚਾਹੀਦਾ ਵੱਡੀਆਂ ਵੱਡੀਆਂ 10 ਲਿਸਟਾਂ ਫੜਾਦੀਆਂ ਆ ਦੇ ਦਿਓ ਆ ਦੇ ਦਿਓ ਘਰ ਦੀਆਂ ਚੀਜ਼ਾਂ ਹਲਦੀ ਮਿਰਚ ਮਸਾਲਾ ਕਾਰ ਕੋਠੀ ਤੇ ਦੂਜਾ ਬੰਦਾ ਗਿਆ ਸਿਆਣਾ ਉਹ ਕਹਿੰਦਾ ਤੈਨੂੰ ਕੀ ਚਾਹੀਦਾ ਕਹਿੰਦਾ ਆਪਾਂ ਤਾਂ ਬਸ 1 ਕਰੋੜ ਡਾਲਰ ਦੇ ਦਿਓ ਬਾਕੀ ਆਪਾਂ ਲੈ ਲਾਂਗੇ ਆਪੇ ਕਿਉਂਕਿ 1 ਕਰੋੜ ਡਾਲਰ ਤਾਂ ਬਹੁਤ ਜ਼ਿਆਦੇ ਵੀ ਉਹ ਨਿੱਕੇ ਨਿੱਕੇ ਚੀਜ਼ਾਂ ਮੰਗਣ ਨਾਲੋਂ ਡਾਇਰੈਕਟ ਨਾਮ ਦੀ ਤਾਂ ਕੋਈ ਕੀਮਤ ਨਹੀਂ ਮਹਾਰਾਜ ਨੂੰ ਸਾਨੂੰ ਨਾਮਦਾਨ ਦੇ ਦਿਓ ਬਸ ਇੱਕ ਦੇ ਦੋ ਸਿੱਖੀ ਜਦ ਦੋ ਚੀਜ਼ਾਂ ਆ ਗਈਆਂ ਫਿਰ ਦੇਖੋ ਤੁਹਾਡੇ ਪਿੱਛੇ ਸਭ ਕੁਝ ਤੁਰਿਆ ਫਿਰੂਗਾ ਤੁਹਾਡੇ ਪਿੱਛੇ ਹੱਥ ਜੋੜ ਕੇ ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਰਿੱਧੀਆਂ ਸਿੱਧੀਆਂ ਦਿਵਾਲੇ ਖੜ ਜਾਂਦੀਆਂ ਆਕ ਫੌਜਾਂ ਦੇ ਪਹਿਰੇ ਲੱਗ ਜਾਂਦੇ ਨੇ ਦਿਵਾਲੇ ਦਿਵਾਲੇ ਸਤਿਗੁਰੂ ਜੀ ਆਪ ਸਿਰ ਤੇ ਉਹ ਵਜਨ ਨਾ ਸਿਰ ਉੱਪਰ ਠੰਡਾ ਗੁਰ ਸੂਰਾ ਹੁਣ ਸਤਗੁਰੂ ਮਹਾਰਾਜ ਨੇ ਕਿਧੋ ਆਉਣਾ ਥੋੜੀ ਐ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬినాਸੀ ਪੁਰਖ ਹੈ ਸਾਮੈ ਰਹਾ ਸਮਾਏ ਸਤਗੁਰ ਇਹ ਨਹੀਂ ਵੀ ਮੇਰੇ ਸਿਰ ਤੇ ਆ ਕੇ ਕਹਿੰਨ ਕਿ ਮੈਂ ਤੇਰੇ ਸਿਰ ਤੇ ਖੜਾ ਹੋਰ ਨਹੀਂ ਸਤਗੁਰ ਤਾਂ ਵਿਆਪਕ ਸਮੁੰਦਰ ਵਿੱਚ ਤਾਂ ਆਪਾਂ ਬੈਠੇ ਸਤਗੁਰੂ ਰੂਪੀ ਸਮੁੰਦਰ ਵਿੱਚ ਹੀ ਆਪਾਂ ਬੈਠੇ ਜਿਵੇਂ ਮੱਛੀ ਪਾਣੀ ਵਿੱਚ ਕਮਦੀ ਫਿਰਦੀ ਤੇ ਮੱਛੀ ਨੂੰ ਪੁੱਛੇ ਤੂੰ ਸਮੁੰਦਰ ਚਾਂ ਕਹਿੰਦੀ ਸਮੁੰਦਰ ਦੀ ਕਦਰ ਨਹੀਂ ਕਰਦੀ ਮੱਛੀ ਨੂੰ ਬਾਹਰ ਕੱਢ ਕੇ ਸੁੱਟੋ ਤਾਂ ਤੜਫਦੀ ਉਹਨੂੰ ਫਿਰ ਦਿਖਾਉਣਾ ਪੈਂਦਾ ਉਹ ਸਮੁੰਦਰ ਆ ਉਹਦੇ ਚ ਸੀਗੀ ਤੂੰ ਉਹ ਦੇਖ ਤੂੰ ਤੈਨ ਵਿੱਚ ਛੱਡ ਦੇ ਸਾਹ ਆਊਗਾ ਤੈਨੂੰ ਸੌਖਾ ਜਦੋਂ ਵਿੱਚ ਛੱਡੀ ਤਾਂ ਉਹਨੂੰ ਸਮੁੰਦਰ ਦੀ ਕਦਰ ਹੋ ਗਈ ਤੁਸੀਂ ਸਤਗੁਰੂ ਰੂਪੀ ਸਮੁੰਦਰ ਵਿੱਚ ਹੀ ਹੋ ਤੁਹਾਡੇ ਸਾਰਿਆਂ ਦੇ ਮੇਰੇ ਵੀ ਸਭ ਦੇ ਤੁਹਾਡੇ ਆਪਣੇ ਅੰਦਰ ਵੀ ਬਾਹਰ ਵੀ ਸਤਗੁਰੂ ਹੀ ਤਾਂ ਕੰਮ ਕਰ ਰਹੇ ਨੇ ਸਰ ਉਪਰ ਠੰਡਾ ਗੁਰ ਸੂਰਾ ਨਾਨਕ ਤਾ ਕੇ ਕਾਰਜ ਪੂਰਾ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗਿ ਅਪੰਗੰ ਬਿਧੂਤੇ ਆਪਣੇ ਨਾਲ ਨੇ ਮਹਾਰਾਜ ਸਮਝੋਗੇ ਤਾਂ ਨਾਲ ਨੇ ਜੇ ਕਹੋਗੇ ਨਾਲ ਨਹੀਂ ਦਿਖਦੇ ਉਹ ਕਿਹੜਾ ਹੈਗੇ ਨੇ ਉਹ ਕਿਹੜਾ ਦੇਖਦੇ ਨੇ ਫੇਰ ਨਾਲ ਨਹੀਂ ਹੈਗੇ ਤੁਸੀਂ ਮਨ ਬਣਾਓ ਕਿਦਾਂ ਬਣਾਉਣਾ ਤੁਸੀਂ ਕਹੋ ਨਾਲ ਨੇ ਹਾਂ ਵੀ ਨਾਲ ਆ ਤੁਸੀਂ ਕਹੋ ਹੈ ਨਹੀਂ ਕਿ ਉਹ ਕਹਿੰਦੇ ਠੀਕ ਆ ਅੱਜ ਤਾਂ ਤੇਰੀ ਭਾਵਨਾ ਤੇ ਸਤਿਗੁਰੂ ਜੀ ਸਦਾ ਅੰਗ ਸੰਗ ਨੇ ਗੁਰਸਿੱਖ ਦੇ ਗੁਰਸਿੱਖ ਹੋਵੇ ਰਹਿਤ ਰੱਖਦਾ ਹੋਵੇ ਸਤਿਗੁਰੂ ਕਹਿੰਦੇ ਨੇ ਜਿਹੜਾ ਸਿੱਖ ਰਹਿਤ ਰੱਖਦਾ ਉਹ ਮੇਰੀ ਜਾਨ ਆ ਉਹ ਮੇਰਾ ਦਿਲ ਆ ਮੈਂ ਉਹ ਤਾਂ ਜਾਨ ਨਿਸ਼ਾਵਰ ਕਰਦੇ ਆ ਆਪਣੀ ਇੰਨਾ ਪਿਆਰ ਕਰਦੇ ਰਹਿਤ ਰੱਖਣ ਵਾਲੇ ਸਿੱਖਾਂ ਨੂੰ ਬਾਣੀ ਪੜਨ ਵਾਲਿਆਂ ਨੂੰ ਕਹਿੰਦੇ ਢੰਬਲਿਆ ਉਹ ਉਹਦੇ ਤੇ ਦਿਆਲ ਰਹਿੰਦੇ ਨੇ ਇਸ ਕਰਕੇ ਆਪਾਂ ਸਾਰੇ ਜਾਣੇ ਹੁਣ ਦੇਖੋ بڑے بڑے ਥਾਮ ਤੇ ਕੌਣ ਸ਼ਾਇਨ ਕਰਦਾ ਜਿਹੜਾ ਬਹੁਤ ਜ਼ਿਆਦਾ ਨੰਬਰ ਵਿਦਿਆਰਥੀ ਲੈ ਜਾਂਦਾ ਉਹਦਾ ਅਖਬਾਰਾਂ ਚ ਨਾਮ ਟੀਵੀ ਤੇ ਨਾਮ ਇਹ ਜੀ ਟੌਪ ਕਰ ਗਿਆ ਹਾਂ ਜੀ ਉਹਨੂੰ ਕਿੰਨਾ ਸਕਾਲਰਸ਼ਿਪ ਮਿਲ ਗਈ ਮਾਸਟਰ ਵੀ ਖੁਸ਼ ਪ੍ਰਿੰਸੀਪਲ ਵੀ ਖੁਸ਼ ਮਾਪੇ ਵੀ ਖੁਸ਼ ਰਿਸ਼ਤੇਦਾਰ ਵਧਾਈਆਂ ਦੇਈ ਜਾਂਦੇ ਨੇ ਇਹ ਟੌਪ ਕਰ ਗਿਆ ਇਸੇ ਜਿਹੜਾ ਸਿੱਖ ਟੌਪ ਕਰੂਗਾ ਇੱਥੇ ਗੁਰੂ ਨਾਨਕ ਦੇਵ ਦਾ ਸਿੱਖ 10ਵੇਂ ਪਾਤਸ਼ਾਹ ਦਾ ਸਿੱਖ ਜਿਹੜਾ ਟੌਪ ਕਰੂਗਾ ਤੁਹਾਡੇ ਨਾਲ ਨੇ ਮਹਾਰਾਜ ਸੱਚੇ ਪਾਤਸ਼ਾਹ પ્રસન્ન ਹੁੰਦੇ ਇਸ ਕਰਕੇ ਆਪਣੀ ਰਹਿਤ ਰੱਖਿਏ ਬਾਣੀ ਪੜ੍ਹੀਏ ਮਿਹਰ ਕਰਨ ਸਤਿਗੁਰੂ ਸੈਚਰਡੇ ਨੂੰ ਥੋੜਾ ਜਿਹਾ ਆਪਾਂ ਮੰਤਰ ਕਾਵਾਂਗੇ 15-20 ਮਿੰਟ ਕਥਾ ਜਦੋਂ ਇਹ ਮੰਤਰ ਕਾਉਚ ਹੋ ਜੇ ਫਿਰ ਆਪਾਂ ਸਿਮਨ ਕਰ ਲਵਾਂਗੇ ਸੰਗਤ ਨੇ ਰਾਤ ਵੀ ਰਾਜ ਸਾਡਾ ਹਲੇ ਪੂਰਾ ਨਹੀਂ ਸੀ ਹੋਇਆ ਕੋਟਾ ਇੱਥੇ ਫਿਰ ਅਸੀਂ ਜਾ ਕੇ ਜਿਸ ਲੰਗਰ ਜਣ ਉੱਥੇ ਫਿਰ ਸ਼ੁਰੂ ਕਰ ਲਿਆ ਆਨੰਦ ਜੇ ਪੂਰਾ ਬਣਿਆ ਨਹੀਂ ਸੀ ਹਲੇ ਕਿਉਂਕਿ ਧੰਨ ਧੰਨ ਮਾਤਾ ਸਹਿਬ ਕੌਰ ਜੀ ਨਾਲ ਜਦ ਤੱਕ ਕਹੀਏ ਨਾ ਉਹ ਤੱਕ ਅਸ਼ੀਰਵਾਦ ਨਹੀਂ ਮਿਲਦਾ ਦਸਵੇਂ ਪਾਤਸ਼ਾਹ ਨਾਉ ਗੁਰੂ ਗ੍ਰੰਥ ਸਾਹਿਬ ਦਾ ਨਾਉ ਸਾਰਿਆਂ ਸਰੂਪਾਂ ਦਾ ਨਾਉ ਉਹਨਾਂ ਨੂੰ ਫਿਰ ਯਾਦ ਕਰਦੇ ਜੇ ਫਿਰ ਖੁਸ਼ ਹੋ ਜਾਂਦੇ ਪ੍ਰਸੰਨ ਸਭੀ ਸਾਡੇ ਬੱਚੇ ਸਾਨੂੰ ਯਾਦ ਕਰਦੇ ਆ ਮਾਤਾ ਸਹਿਬ ਕੋਲ ਕਹਿੰਦੀ ਇਹ ਮੇਰੇ ਨਿਆਣੇ ਆ ਨिके-ਨिके ਇਹ ਬੈਠੇ ਵਾਹਿਗੁਰੂ ਵਾਹਿਰੂ ਕਰਦੇ ਮੈਨੂੰ ਬੜੇ ਸੋਹਣੇ ਲੱਗਦੇ ਨੇ ਸਾਰੇ ਜਾਣੇ ਇਸ ਕਰਕੇ ਆਪਾਂ ਗੁਰੂ ਮਾਤਾ ਦੀ ਖੁਸ਼ੀ ਮਹਾਰਾਜ ਦੀ ਖੁਸ਼ੀ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਨਿਰੰਕਾਰ ਦੀ ਖੁਸ਼ੀ ਲਈਏ ਪਿਆਰ ਨਾਲ ਸਾਰੇ ਫਿਰ ਮਿਲ ਕੇ ਵਾਹਿਗੁਰੂ ਨੂੰ ਪ੍ਰਸੰਨ ਕਰੀਏ ਵਾਹਿਗੁਰੂ ਜੀ ਪ੍ਰਸੰਨ ਨਾਮ ਨਾਲ ਹੀ ਹੁੰਦੇ ਨੇ